ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ। ਪੰਜਾਬੀਓ, ਜੋ 10 ਮਾਰਚ ਨੂੰ ਤੁਸੀਂ ਰਿਕਾਰਡ ਤੋੜਿਆ, ਪੂਰੀ ਦੁਨੀਆ ਦੇ ਵਿੱਚ ਚਰਚਾ ਤੇ ਤੁਹਾਡਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜੀ। ਤੁਸੀਂ ਆਪਣੇ ਆਪ ਨੂੰ ਵੋਟਾਂ ਪਾਈਆਂ ਨੇ, ਤੁਸੀਂ ਆਪਣੇ ਬੱਚਿਆਂ ਨੂੰ ਵੋਟਾਂ ਪਾਈਆਂ ਨੇ, ਤੁਸੀਂ ਆਪਣੇ ਬਜ਼ੁਰਗਾਂ ਨੂੰ ਵੋਟਾਂ ਪਾਈਆਂ ਨੇ, ਤੁਸੀਂ ਆਪਣੇ ਘਰ ਦੇ ਚੁੱਲ੍ਹੇ ਦੀ ਅੱਗ ਨੂੰ ਵੋਟਾਂ ਪਾਈਆਂ ਨੇ, ਤੁਸੀਂ ਚੰਗੀ ਖੇਤੀ ਨੂੰ ਵੋਟਾਂ ਪਾਈਆਂ ਨੇ, ਤੁਸੀਂ ਚੰਗੇ ਜੀਵਨ ਪੱਧਰ ਨੂੰ ਵੋਟਾਂ ਪਾਈਆਂ ਨੇ। ਹੁਣ 70 ਸਾਲ ਜਿਹੜੇ ਪਹਿਲਾਂ ਲੁੱਟਦੇ ਰਹੇ, 5-5 ਸਾਲ ਦੀਆਂ ਵਾਰੀਆਂ ਬੰਨ ਕੇ, ਉਹਨਾਂ ਨੂੰ ਤੁਸੀਂ 50-50 ਹਜ਼ਾਰ 'ਤੇ ਹਰਾਇਆ। ਅੱਜ ਅਸੀਂ ਇੱਥੇ ਦਰਬਾਰ ਸਾਹਿਬ ਮੱਥਾ ਟੇਕਿਆ, ਆਸ਼ੀਰਵਾਦ ਲਿਆ ਗੁਰੂ ਤੋਂ ਕਿ ਸਮਤ ਬਖਸ਼ੇ, ਸਾਨੂੰ ਬਲ ਬਖਸ਼ੇ, ਜਿਸ ਮਕਸਦ ਲਈ ਅਸੀਂ ਨਿਕਲੇ ਹੋਏ ਹਾਂ। ਫਿਰ ਜਲਿਆਂਵਾਲਾ ਬਾਗ ਦੇ ਵਿੱਚ ਸ਼ਹੀਦਾਂ ਨੂੰ ਨਤਮਸਤਕ ਹੋਏ, ਜਿਹੜੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਲਈ ਉੱਥੇ ਇਕੱਠੇ ਹੋਏ ਸੀ। ਉਸ ਤੋਂ ਬਾਅਦ ਦੁਰਗਿਆਨਾ ਮੰਦਿਰ ਗਏ, ਆਸ਼ੀਰਵਾਦ ਲਿਆ, ਰਾਮ ਤੀਰਥ ਗਏ, ਆਸ਼ੀਰਵਾਦ ਲਿਆ। ਹੁਣ ਤੁਹਾਡੇ ਕੋਲੇ ਆ ਵੀਰੋ, ਜਿਸ ਕਿਸਮ ਦਾ ਰਿਕਾਰਡ ਤੁਸੀਂ ਬਣਾਇਆ 92 ਸੀਟਾਂ ਦਾ, ਇਹ ਪਹਿਲਾਂ ਹਿਸਟਰੀ 'ਚ ਪੰਜਾਬ 'ਚ ਕਦੇ ਨਹੀਂ ਹੋਇਆ ਸੀ। ਤੇ 8-10 ਦਿਨ 20 ਤਰੀਕ ਤੋਂ 20 ਫਰਵਰੀ ਤੋਂ ਲੈ ਕੇ 10 ਮਾਰਚ ਤੱਕ 20 ਦਿਨ ਇਹ ਆਪਣਾ ਦਿਲ ਬਹਿਲਾਉਂਦੇ ਰਹੇ, ਕਿਸੇ ਦੀ ਸਰਕਾਰ ਨਹੀਂ ਆਉਣੀ, ਇਹਦੇ ਨਾਲ ਮਿਲ ਜਾਂਗੇ, ਉਹਦੇ ਨਾਲ ਕਰ ਲਾਂਗੇ ਗੱਠਜੋੜ। ਸਾਨੂੰ ਪਤਾ ਸੀ ਕਿ ਇਹ ਪਾਰਟੀਆਂ ਆਪਸ 'ਚ ਮਿਲ ਗਈਆਂ, ਮਿਲਦੀਆਂ ਰਹਿਣ, ਲੋਕ ਆਪਸ 'ਚ ਇਕੱਠੇ ਹੋ ਗਏ। 122 ਬੰਦੇ, ਉਹਨਾਂ ਦੀ ਸਿਕਿਉਰਿਟੀ ਘਟਾਈ ਹੈ, 403 ਪੁਲਿਸ ਵਾਲੇ ਵਾਪਸ ਥਾਣਿਆਂ 'ਚ ਚਲੇ ਗਏ। ਸਤਾਈ ਪੁਲਿਸ ਦੀਆਂ ਗੱਡੀਆਂ ਥਾਣਿਆਂ 'ਚ ਆ ਗਈਆਂ, ਲੋਕਾਂ ਨੂੰ ਲਾਵਾਰ ਛੱਡਿਆ ਹੋਇਆ, ਲੋਕਾਂ ਨੂੰ ਕਹਿੰਦੇ ਠੀਕਰੀ ਪਹਿਰੇ ਲਾ ਲਓ, ਪਰ ਲੀਡਰਾਂ ਦੇ ਘਰਾਂ ਸਾਹਮਣੇ ਤੰਬੂ ਲਾ ਕੇ ਬੈਠੇ ਆ। ਪੁਲਿਸ ਰਾਖੀ ਕਰਦੀ ਹੈ, ਪੁਲਿਸ ਤੋਂ ਪੁਲਿਸ ਦਾ ਕੰਮ ਲਵਾਂਗੇ, ਉਹਨਾਂ ਨੂੰ ਆਪਾਂ ਤੰਗ ਪਰੇਸ਼ਾਨ ਨਹੀਂ ਕਰਨਾ। ਵੀਰੋ, ਫੈਸਲਾ ਹੋਇਆ, ਪਹਿਲੇ ਦਿਨ ਹੀ ਫੈਸਲਾ ਹੋ ਜੂਗਾ, ਕਿਸੇ ਵੀ ਸਰਕਾਰੀ ਦਫ਼ਤਰ 'ਚ, ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ 'ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ, ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲੱਗੂ। ਇਹ ਆਪਦੀਆਂ ਫੋਟੋਆਂ ਲਾ ਲਾ ਹੀ ਚਾਹ ਪੂਰੇ ਕਰੀ ਜਾਂਦੇ ਆ। ਦਿਲ 'ਚ ਹੋਣੀ ਚਾਹੀਦੀ ਹੈ ਫੋਟੋ, ਦਿਲ 'ਚ। ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਮੁੱਖ ਮੰਤਰੀ ਸਾਹਿਬ ਨੇ ਇੱਕ ਲਾਈਵ ਪ੍ਰੋਗਰਾਮ ਦੇ ਵਿੱਚ ਲਿਖ ਕੇ ਦੇਤਾ ਸੀ ਕਿ ਚਰਨਜੀਤ ਸਿੰਘ ਚੰਨੀ, ਚਮਕੌਰ ਸਾਹਿਬ ਤੇ ਭਦੌੜ ਦੋਨਾਂ ਤੋਂ ਹਾਰੂਗਾ। ਮੈਂ ਕਹਿਤਾ ਸੀ, ਮੈਂ ਕਿਹਾ ਪੰਜੇ ਬਾਦਲ ਹਾਰਨਗੇ। ਜਿਹੜੀ ਵੱਡੇ ਬਾਦਸ਼ਾਹ ਹਾਰੇ, ਸੁਖਬੀਰ ਬਾਦਲ ਹਾਰੇ,
ਦੇਸ਼ ਪ੍ਰਤਾਪ ਕਹਿਰੋਂ ਹਾਰੇ, ਮਜੀਠੀਆ ਹਾਰੇ। ਜਿਹੜੀ ਮਜੀਠੀ ਵਾਲੀ ਘਾਟ ਰਹਿ ਗਈ ਉਹ ਮਨਪ੍ਰੀਤ ਬਾਦਲ ਨੇ ਪੂਰੀ ਕਰਤੀ, ਪੰਜ ਹੋ ਗਏ। ਸੋ ਵੀਰੋ ਹੁਣ ਆਪਾਂ 16 ਤਰੀਕ ਨੂੰ ਸਿੱਧੂ ਵੀ ਹਾਰ ਗਿਆ, ਇਹ ਤਾਂ ਉਹ ਕੰਮ ਹੈ ਹੁਣ ਇਹਨਾਂ ਦਾ। ਜੇ ਇੰਡੀਆ ਦੀ ਜੇ ਕੋਈ ਵਰਲਡ ਕੱਪ ਹੋਵੇ ਕ੍ਰਿਕਟ ਦਾ, ਪਾਕਿਸਤਾਨ ਦੀ ਟੀਮ ਜੇ ਹਾਰ ਜੇ ਤਾਂ ਉੱਥੋਂ ਦੇ ਲੋਕਾਂ ਨੂੰ ਕਹਿੰਦੇ ਤੁਸੀਂ ਹਾਰ ਗਏ, ਉਹ ਕਹਿੰਦੇ ਇੰਡੀਆ ਕਿਹੜਾ ਜਿੱਤ ਗਿਆ। ਹੁਣ ਆਪਸ ਇੱਕ ਦੂਜੇ ਨੂੰ ਐਂ ਕਹੀ ਜਾਂਦੇ ਨੇ ਇਹ ਵੀ ਹਾਰ ਗਿਆ। ਅਸਲ 'ਚ ਉਹ ਹਾਰੇ ਨੀ, ਪੰਜਾਬ ਦੇ ਲੋਕ ਜਿੱਤੇ ਨੇ ਪਹਿਲੀ ਵਾਰ। ਹੁਣ 16 ਤਰੀਕ ਨੂੰ ਸਹੁੰ ਚੁੱਕ ਸਮਾਗਮ ਹੈ। ਜਿਹੜੇ ਸਮਾਗਮ ਪਹਿਲਾਂ ਰਾਜ ਭਵਨ 'ਚ ਮਹਿਲਾਂ 'ਚ ਹੁੰਦੇ ਸੀ ਉਹ ਸ਼ਹੀਦਾਂ ਦੇ ਪਿੰਡਾਂ 'ਚ ਆਉਣਗੇ, ਖਟਕੜ ਕਲਾਂ ਸਹੁੰ ਚੁੱਕਾਂ ਗਏ। 16 ਤਰੀਕ ਨੂੰ ਤੁਹਾਨੂੰ ਖੁੱਲ੍ਹਾ ਸੱਦਾ, ਮੀਡੀਆ ਜਿਹੜੇ ਜਿਹੜੇ ਦੇਖਦੇ ਨੇ ਟੀ ਵੀ, ਸਾਰੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ,